ਹੈਲੋ ਗਾਇਸ ਸਤਿ ਸ਼੍ਰੀ ਅਕਾਲ ਸ एवरीवन ਉਮੀਦ ਕਰਦਾ ਹਾਂ ਤੁਸੀਂ ਸਾਰੇ ਲੋਠੀਠਕ ਹੋਵੋਗੇ ਅੱਜ ਦੀ ਵੀਡੀਓ ਪੰਜਾਬੀ ਚ ਹੋਗੀ ਕਿਉਂਕਿ ਜਿਹੜੇ ਮੋਸਟਲੀ ਸਾਡੇ ਕੇਸ ਆ ਇਹ ਜਿਸ ਤਰ੍ਹਾਂ ਦੀ ਥੰਬਨੇਲ ਦੇਖ ਲਿਆ ਨਾ ਕਿ ਯੂਕੇ ਦੇ ਸਾਡੇ ਲੇਟੈਸਟ ਟੂਰਿਸਟ ਵੀਜ਼ਾ ਆ ਚੁੱਕੇ ਆ ਉਹ ਇਹਨਾਂ ਦੀ ਜਿਹੜੀ ਸਪੈਸ਼ਲ ਖਾਸੀਅਤ ਆ ਏਜੀ ਰਿਫਿਊਜ਼ਲ ਹੋ ਚੁੱਕੇ ਹੋਏ ਸੀ ਤੋ ਜਿਹੜੇ ਸਾਡੇ ਅੱਜ ਭਾਜੀ ਹੁਣ ਸਾਡੇ ਪਰਮਜੀ ਸਾਡੇ ਨਾਲ ਆ ਸ੍ਰੀਕਲ ਜੀ ਇਹਨਾਂ ਦਾ ਖੁਦ ਦਾ ਆਪਣਾ ਇਮੀਗ੍ਰੇਸ਼ਨ ਦਾ ਕੰਮ ਵੀ ਹੈ ਵੀਜ਼ਾ ਗੁਰੂ ਦੇ ਨਾਮ ਤੋਂ ਇਹਨਾਂ ਦਾ YouTube ਚੈਨਲ ਵੀ ਹੈ ਤੁਸੀਂ ਉਹ ਵੀ ਸਬਸਕ੍ਰਾਈਬ ਕਰ ਸਕਦੇ ਹੋ ਸੋ ਇਹ ਪੰਜਾਬ ਦੇ ਵਿੱਚ ਪਹਿਲੀ ਵਾਰ ਇੱਕ ਚੀਜ਼ ਲੈ ਕੇ ਆ ਰਹੇ ਜਿਹੜਾ ਕੋਈ ਨਹੀਂ ਕਰਦਾ ਉਹ ਹੈਗੇ ਰਿਫਿਊਜ਼ਲ ਕੇਸ ਠੀਕ ਹੈ ਇਹ ਰਿਫਿਊਜ਼ਲ ਕੇਸ ਵਿੱਚ ਐਕਸਪਰਟ ਨੇ ਬਹੁਤ سارے ਹਾਲ ਵੀ ਵੀਜ਼ੇ ਪਹਿਲਾਂ ਲਗਵਾ ਚੁੱਕੇ ਹੋਏ ਨੇ ਤੇ ਮੇਰੇ ਨਾਲ ਕਾਫੀ ਦਿਨ ਅਸੀਂ ਕੰਟਰੈਕਟ ਸੀ ਮੈਂ ਕਿਹਾ ਚਲੋ ਵੀ ਇਹ ਜਿਹੜੀ ਇਨਫੋਰਮੇਸ਼ਨ ਆ ਸਾਡੇ ਇਸ ਚੈਨਲ ਦੇ ਥਰੂ ਕਾਫੀ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਅੱਗੇ ਤੱਕ ਕਿ ਅਗਰ ਤੁਸੀਂ ਨਿਰਾਸ਼ ਹੋ ਚੁੱਕੇ ਹੋ ਕਿ ਤੁਹਾਡੇ ਯੂਕੇ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਔਰ ਤੁਹਾਨੂੰ ਇਹ ਲੱਗਦਾ ਕਿ ਦੁਬਾਰਾ ਅਸੀਂ ਰੀਅਪਲਾਈ ਨਹੀਂ ਕਰ ਸਕਦੇ ਕਿਉਂਕਿ ਮੋਸਟਲੀ ਕੇਸਾਂ ਵਿੱਚ ਹੁੰਦਾ ਕਿ ਤੁਹਾਨੂੰ ਯੂਕੇ ਵਿੱਚ ਰਿਫਿਊਜ਼ਲ ਲੱਗਣ ਤੋਂ ਬਾਅਦ ਕਿਹਾ ਜਾਂਦਾ ਵੀ ਤੁਸੀਂ ਹੁਣ ਦੁਬਾਰਾ ਰੀਅਪਲਾਈ ਨਹੀਂ ਕਰ ਸਕਦੇ ਤੇ ਜਿਹੜੇ ਸਾਡੇ ਪਰਮਜੀ ਨੇ ਸਪੈਸ਼ਲ ਨੇ ਕਿ ਜਦੋਂ ਰੀਅਪਲਾਈ ਇਹ ਕਰਦੇ ਨੇ ਤੇ ਵੀਜ਼ਾ ਜਿਹੜਾ ਹੈ 90% ਆ ਜਾਂਦਾ ਹੈ ਤੇ ਪਰਮਜੀ ਪਹਿਲਾਂ ਮੈਂ ਚਾਹੁੰਦਾ ਤੁਸੀਂ ਆਪਣਾ ਇੰਟਰੋਡਕਸ਼ਨ ਦਿਓ ਹਾਂਜੀ ਨਮਸਕਾਰ ਸੱਸੀ ਕਾਪਾ ਜੀ ਮੈਂ ਵੀਜ਼ਾ ਗੁਰੂ ਇਮੀਗ੍ਰੇਸ਼ਨ ਸੌਸੀਸ ਤੋਂ ਪਰਮਜੀਤ ਅਗਾਜੀ ਤੁਹਾਡਾ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸ਼ੁਕਰ ਕਰਦਾ ਹਾਂ ਔਰ ਉਹਨਾਂ ਨੂੰ ਸਤਿ ਸ੍ਰੀ ਅਕਾਲ ਅਦਬ ਕਰਦਾ ਹਾਂ ਹਾਂਜੀ ਜਿੱਦਾਂ ਜੀਵਾਂਗੇ ਭਾਜੀ ਨੇ ਦੱਸਿਆ ਕਿ ਦੇਖੋ ਜਦੋਂ ਮੋਸਟਲੀ ਕੀ ਹੁੰਦਾ ਆ ਕਿ ਯੂਕੇ ਦਾ ਜਦੋਂ ਰਿਫਿਊਜ਼ਲ ਹੋ ਜਾਂਦਾ ਆ ਤੇ ਅਗਰ ਰੀਅਪਲਾਈ ਦੀ ਆਪਸ਼ਨ ਇਜ਼ ਆਲਵੇਸ ਥੇਰ ਬੰਦਾ ਰੀਅਪਲਾਈ ਕਰ ਸਕਦਾ ਆ ਲੇਕਿਨ ਰੀਅਪਲਾਈ ਦੇ ਵਿੱਚ ਅਗਰ ਦੁਬਾਰਾ ਰਿਫਿਊਜ਼ ਹੋ ਗਿਆ ਤੇ ਤੁਹਾਡੀਆਂ ਦੋ ਰਿਫਿਊਜ਼ ਲਾ ਕਾਊਂਟ ਹੋ ਜਾਣੀਆਂ ਸੋ ਅਸੀਂ ਸੁਜੈਸਟ ਕਰਦੇ ਹਾਂ ਕਿ ਅਗਰ ਵੀਜ਼ਾ ਆਫੀਸਰਸ ਨੇ ਜੋ ਰਿਫਿਊਜ਼ਲ ਦਿੱਤੀ ਹੈ ਅਗਰ ਉਹ ਗਰਾਉਂਡਸ ਜਿਹੜੀਆਂ ਹੈਗੀਆਂ ਆ ਉਹ ਜਸਟੀਫਾਇਬਲ ਹੈ ਮਤਲਬ ਸਾਡਾ ਕੇਸ ਸਟਰੋਂਗ ਸੀ ਲੇਕਿਨ ਵੀਜ਼ਾ ਆਫੀਸਰ ਨੇ ਗਲਤੀ ਦੇ ਨਾਲ ਰਿਫਿਊਜ਼ ਕਰ ਦਿੱਤਾ ਤੇ ਸਾਡੀ ਸੁਜੈਸ਼ਨ ਹੋਏਗੀ ਕਿ ਇਨਸਟੈਡ ਆਫ ਰੀ ਅਪਲਾਈਂਗ ਆਪਾਂ ਉਹਦੀ ਅਪੀਲ ਫਾਈਲ ਕਰੀਏ ਆਪਾਂ ਵੀਜ਼ਾ ਆਫੀਸਰ ਨੇ ਜਿਹੜਾ ਰਿਫਿਊਜ਼ਲ ਲੈਟਰ ਦਿੱਤਾ ਆ ਉਹਨੂੰ ਚੈਲੰਜ ਕਰੀਏ ਤਾਂ ਕਿ ਚੈਲੰਜ ਕਰਨ ਤੋਂ ਬਾਅਦ ਅਗਰ ਸਾਡੇ ਫੈਕਟਸ ਜਿਹੜੇ ਆ ਜਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਆਪਾਂ ਸਟੇਟਮੈਂਟਾਂ ਜਿਹੜੇ ਫੈਕਟਸ ਆਪਾਂ ਅਪੀਲ ਦੇ ਵਿੱਚ ਉਹਨੂੰ ਪੇਸ਼ ਕਰਨੇ ਆ ਅਗਰ ਉਹ ਉਹਦੇ ਨਾਲ ਸੈਟੀਸਫਾਈ ਹੋ ਜਾਂਦਾ ਆ ਤੇ ਉਹ ਸਾਡਾ ਜਿਹੜਾ ਹੈਗਾ ਰਿਫਿਊਜ਼ਲ ਆ 댓 ਓਵਰਟਰਨਸ ਇੰਟੂ ਏ ਵੀਜ਼ਾ ਔਰ ਅਗਰ ਉਹ ਸਪੋਜ਼ ਨਹੀਂ ਵੀ ਸੈਟੀਸਫਾਈ ਹੁੰਦਾ ਅਪੀਲ ਸਾਡੀ ਨਹੀਂ ਮਤਲਬ ਅਸੈਪਟ ਹੁੰਦੀ ਈਵਨ ਥੈਨ ਆਪਾਂ ਨੂੰ ਤਾਂ ਕੋਈ ਨੁਕਸਾਨ ਨਹੀਂ ਹੋਇਆ ਨਾ ਆਪਣੀ ਰਿਫਿਊਜ਼ਲ ਦਾ ਇੱਕੋ ਹੀ ਕਾਊਂਟ ਹੋਣੀ ਆ ਸੋ ਥਿਸ ਇਜ਼ ਬੇਸਿਕਲੀ ਡਿਫਰੈਂਸ ਬੀਟਵੀਨ ਫਾਈਲਿੰਗ ਆਫ ਅਪੀਲ ਐਂ ਤੁਸੀਂ ਅਸੀਂ ਤੁਹਾਨੂੰ ਸੈਂਪਲ ਤੋਂ ਦਿਖਾਉਣਾ ਚਾਹੁੰਦੇ ਹਾਂ ਸਾਨੂੰ ਇਹ ਵਗੈਰਾ ਬਲੂ ਡਾਟ ਤੋਂ ਇਹਨਾਂ ਥਰੂ ਪਾਸਪੋਰਟ ਸਾਨੂੰ ਆ ਚੁੱਕੇ ਹੋਏ ਨੇ ਠੀਕ ਹੈ ਜੀ ਇਹ ਅਸੀਂ ਕਿਸੇ ਦੇ ਪਾਸਪੋਰਟ ਨਹੀਂ ਅਸੀਂ ਖੁਦ ਦੇ ਆਪਣੇ ਜਿਹੜੇ ਸਾਡੇ ਵੀਜ਼ੇ ਲੱਗੇ ਨੇ ਅਸੀਂ ਉਹਨਾਂ ਦਿਖਾ ਰਹੇ ਹਾਂ ਤੇ ਤੁਹਾਨੂੰ ਹੁਣੇ ਦਿਖਾਵਾਂਗੇ ਇਹ ਜਿਹੜਾ ਸਾਡਾ ਕਪਲ ਦਾ ਵੀਜ਼ਾ ਲੱਗਾ ਯੂਕੇ ਦਾ ਵੀਜ਼ਾ ਏਕੇ ਵੀਜ਼ਾ ਇਹ ਹੈਗਾ ਜੀ ਠੀਕ ਹੈ ਇਹਨੂੰ ਅਸੀਂ ਤਾਂ ਅਸੀਂ ਹਾਈਲਾਈਟ ਕਰ ਰਹੇ ਹਾਂ ਕਿਉਂਕਿ ਜਿਹੜੀ YouTube ਦੀ ਨਵੀਂ ਪਾਲਿਸੀ ਆ ਉਸ ਅਕੋਰਡਿੰਗ ਅਸੀਂ ਜਿਹੜੀ ਪਰਸਨਲ ਇਨਫੋਰਮੇਸ਼ਨ ਨਹੀਂ ਦਿਖਾ ਸਕਦੇ ਤਾਂ ਕਰਕੇ ਇੱਥੇ ਅਸੀਂ ਬਲਰ ਫੈਕਟਰ ਰੱਖਿਆ ਹੈ ਦੂਸਰੇ ਸਾਡੇ ਇਹਨਾਂ ਦੇ ਮੈਸੇਜ ਆ ਇਹਨਾਂ ਦਾ ਵੀ ਯੂਕੇ ਦਾ ਵੀਜ਼ਾ ਆ ਚੁੱਕਾ ਹੈਗਾ ਠੀਕ ਹੈ ਸੋ ਯੂਕੇ ਟੂਰਿਸਟ ਵੀਜ਼ੇ ਲਈ ਤੁਸੀਂ ਕੋਈ ਵੀ ਫਾਈਲ ਲਗਾਉਣਾ ਚਾਹੁੰਦੇ ਹੋ ਠੀਕ ਹੈ ਕਿਸੇ ਵੀ ਕੇਸ ਵਿੱਚ 24 ਤੁਸੀਂ ਕਰ ਸਕਦੇ ਹੋ ਸਾਨੂੰ ਕਨੈਕਟ ਕਰ ਸਕਦੇ ਹੋ ਪਲੱਸ ਤੁਸੀਂ ਅਗਰ ਜਿਹੜੇ ਖਾਸ ਤੌਰ ਤੇ ਜਿਹੜੇ ਵਿੱਚ ਭਾਜੀ ਸਾਡੇ ਸਪੈਸ਼ਲਿਸਟ ਨੇ ਠੀਕ ਹੈ ਜੀ ਜਿਹਦਾ ਹੈਗਾ ਰਿਫਿਊਜ਼ਲ ਕੇਸ ਤੁਹਾਨੂੰ ਦੱਸਿਆ ਪੰਜਾਬ ਵਿੱਚ ਤੁਹਾਨੂੰ ਬਹੁਤ ਹੀ ਘੱਟ ਮਿਲੋਗੇ ਆਈ ਥਿੰਕ 2 ਤੋਂ 5% ਇੰਦੇ ਬੰਦੇ ਮਿਲ ਸਕਦੇ ਹੋ ਜਿਹੜੇ ਤੁਹਾਨੂੰ ਰੀ ਅਪਲਾਈ ਕਰਕੇ ਦੇ ਸਕਦੇ ਨੇ ਅਸੀਂ ਤੁਹਾਨੂੰ ਇਹ ਵੀ ਫਾਈਲ ਵੀ ਦਿਖਾਉਂਦੇ ਆ ਸੀ ਜੇਕਰ ਤੁਸੀਂ ਦੇਖ ਸਕਦੇ ਮੈਂ ਇਹਨੂੰ ਸਕਰੀਨਸ਼ਾਟ ਤੇ ਵੀ ਤੁਹਾਡੇ ਲੈ ਕੇ ਆਉਂਗਾ ਜਿਹੜੇ ਸਾਨੂੰ ਗਰੰਟਡ ਉੱਥੋਂ ਮਿਲੇ ਆ ਅਸੀਂ ਸਿਰਫ ਜਿਹੜੀ ਆ ਕਲਾਇੰਟ ਦੀ ਇਨਫੋਰਮੇਸ਼ਨ ਹਾਈਡ ਕਰਾਂਗੇ ਠੀਕ ਹੈ ਜੀ ਇਹਦੇ ਵੀ ਸਕਰੀਨਸ਼ਾਟ ਤੁਹਾਨੂੰ ਮੈਂ ਜਿਹੜਾ ਡਿਸਪਲੇ ਤੇ ਤੁਸੀਂ ਦੇਖ ਸਕਦੇ ਹੋ ਇਹਦੇ ਮੈਂ ਦਿਖਾਉਂਗਾ ਤੁਹਾਨੂੰ ਦੋਨਾਂ ਦੇ ਤੁਸੀਂ ਅਗਰ ਆਪਣੇ ਸਕਰੀਨ ਤੇ ਦੇਖ ਸਕਦੇ ਹੋ ਕਿ ਇਹਨਾਂ ਵਿੱਚ ਪੂਰਾ ਪਟੀਸ਼ਨ ਬਾਰੇ ਲਿਖਿਆ ਆ ਕਿ ਕਿਸ ਤਰ੍ਹਾਂ ਪਹਿਲਾਂ ਸਾਡੀ ਰਿਜੈਕਸ਼ਨ ਹੋ ਗਈ ਸੀ ਔਰ ਬਾਅਦ ਵਿੱਚ ਕਿਸ ਤਰ੍ਹਾਂ ਸਾਡਾ ਜਿਹੜਾ ਹੈਗਾ ਇਹਦਾ ਦੁਬਾਰਾ ਸਾਨੂੰ ਵੀਜ਼ਾ ਗ੍ਰਾਂਟ ਹੋ ਗਿਆ ਸੀ ਠੀਕ ਹੈ ਸੋ ਇਹਦੇ ਲਈ ਇੱਕ ਕਾਫੀ ਲੋਕੀ ਤੁਸੀਂ ਯੂਕੇ ਦਾ ਵੀਜ਼ਾ ਤੁਹਾਡਾ ਰਿਜੈਕਟ ਹੋ ਚੁੱਕਾ ਹੈ ਤੇ 골ਡਨ ਓਪਰਚ्युनिटी ਹੈ ਠੀਕ ਹੈ ਜੀ ਤੇ ਸਾਡੇ ਨਾਲ ਜਿਹੜੇ ਵੀਜ਼ਾ ਗੁਰੂ ਦੇ ਮਾਹਰ ਆ ਸਾਡੇ ਨਾਲ ਜੀ ਠੀਕ ਹੈ ਜੀ ਇਸੇ ਕਰਕੇ ਸਪੈਸ਼ਲ ਭਾਈ ਨਾਲ ਗੁਰੂ ਵੀ ਨਾਲ ਲਗਾਇਆ ਹੋਇਆ ਤੇ ਇਸ ਕਰਕੇ ਇਹਨੂੰ ਵੀਜ਼ਾ ਗੁਰੂ ਅਸੀਂ ਐਕਸਪਰਟ ਹੀ ਕਾਵਾਂਗੇ ਠੀਕ ਹੈ ਕਿਉਂਕਿ ਭਾਈ ਹੁਣਾਂ ਦਾ ਪਿਛਲੇ ਲਾਸਟ 5 ਤੋਂ 10 ਇਅਰ ਬਹੁਤ ਹੀ ਐਕਸਪੀਰੀਅੰਸ ਵਧੀਆ ਇਸ ਦੀਰਚ ਫਾਈਲ ਵਿੱਚ ਕੰਮ ਕਰ ਰਹੇ ਨੇ ਤੇ ਮੈਸੇਜ ਚ ਚਲੋ ਇਹਨਾਂ ਨਾਲ ਕੋਲਬੋਰੇਟ ਕਰਦੇ ਆ ਅਸੀਂ ਦੱਸਦੇ ਆ ਵੀ